ਮਕਈ ਦੇ ਵਿੱਚ ਜੇ ਸੁੰਡੀ ਦੀ ਸਮੱਸਿਆ ਕਾਫੀ ਜ਼ਿਆਦਾ ਆ ਰਹੀ ਹੈ ਜੀ ਇਸ ਵਾਰ ਤੇ ਵਾਰ-ਵਾਰ ਮੈਨੂੰ ਫੋਨ ਆ ਰਿਹਾ ਕਿ ਸੁੰਡੀ ਮਾਰ ਨਹੀਂ ਰਹੀ ਤੇ ਉਹਦਾ ਕਿਹੜੇ ਤਰੀਕੇ ਦੇ ਨਾਲ ਆਪਾਂ ਹੱਲ ਕਰਨਾ ਹੈ ਜੇ ਮਕਈ ਦੀ ਗਰੋਥ ਘਟ ਹੈ ਉਹਦੇ ਕਾਰਨ ਕੀ ਹੈ ਤਾਂ ਗਰੋਥ ਰਿਕਵਰ ਕਿਵੇਂ ਕਰਨੀ ਹੈ ਜੀ ਮੱਕੀ ਬਾਰੇ ਆਪਾਂ ਪੂਰੀ ਵੀਡੀਓ ਇਸ ਵੀਡੀਓ ਚ ਪੂਰੀ ਤੁਹਾਡੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੇ ਤਾਂ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ Facebook ਤੇ ਵੇਖ ਰਹੇ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਜਾਣਕਾਰੀ ਕਿਹੜੀਆਂ ਕਿਹੜੀਆਂ ਦਵਾਈਆਂ ਦੀ ਆਪਾਂ ਵਰਤੋਂ ਕਰਨੀਆਂ ਤੇ ਸਪਰੇ ਕਿਹੜੇ ਢੰਗ ਦੇ ਨਾਲ ਕਰਨੀਆਂ ਕਿ ਤੁਹਾਨੂੰ 100% ਰਿਜ਼ਲਟ ਕਿਹੜਾ ਮਿਲੇ ਤੇ ਇੱਕ ਗੱਲ ਦਾ ਧਿਆਨ ਰੱਖ ਲਿਓ ਸੁੰਡੀ ਵਾਲੀ ਸਪਰੇ ਦੇ ਨਾਲ ਕੋਈ ਵੀ ਹੋਰ ਜੇ ਨਦੀਨਾ ਵਗੈਰਾ ਵਾਲੀ ਸਪਰੇ ਜਿਹੜੀ ਮਿਕਸ ਨਹੀਂ ਕਰਨੀ ਕਿਉਂਕਿ ਮੈਨੂੰ ਇੱਕ ਦੋ ਜਗ੍ਹਾ ਤੋਂ ਫੋਨ ਆਇਆ ਕਿ ਉਹਨਾਂ ਨੇ ਨਦੀਨਾ ਵਾਲੀ ਸਪਰੇ ਜਿਹੜੀ ਸੁੰਡੀ ਵਾਲੀ ਸਪਰੇ ਦੇ ਨਾਲ ਮਿਕਸ ਕਰ ਲਈ ਤਾਂ ਜਿਹੜੀ ਮੱਕੀ ਆ ਉਹ ਖਰਾਬ ਹੋ ਗਈ ਇੱਥੇ ਮੋਥਰਾ ਵਗੈਰਾ ਜਾਂ ਹੋਰ ਨਦੀਨਾਂ ਦੀ ਸਮੱਸਿਆ ਹੈਗੀ ਆ ਉਹਦੀ ਸਪਰੇ ਆਪਾਂ ਬਾਅਦ ਦੇ ਵਿੱਚ ਕਰਾਂਗੇ ਤੇ ਸਕਰੀਨ ਦੇ ਉੱਪਰ ਦਿੱਤੇ ਟੈਕਨੀਕਲਾਂ ਵਿੱਚੋਂ ਕੋਈ ਵੀ ਇੱਕ ਟੈਕਨੀਕਲ ਤੁਸੀਂ ਲੈ ਸਕਦੇ ਹੋ ਸਾਰੇ ਟੈਕਨੀਕਲ ਤੁਹਾਡੀ ਸਕਰੀਨ ਦੇ ਉੱਤੇ ਤੁਹਾਨੂੰ ਮਿਲ ਰਹੇ ਆ ਪਰ ਹੁਣ ਗੱਲ ਕਰਨ ਦੀ ਵੀ ਇਹ ਸਪਰੇਅ ਕਰਨ ਦਾ ਸਮਾਂ ਤੇ ਸਪਰੇਅ ਕਰਨ ਦਾ ਤਰੀਕਾ ਜੇ ਤੁਸੀਂ ਇਹਨਾਂ ਦੋਹਾਂ ਚੀਜ਼ਾਂ ਵੱਲ ਧਿਆਨ ਨਾ ਦਿੱਤਾ ਤੇ ਸੁੰਡੀ ਜਿਹੜੀ ਉਹ ਖਤਮ ਨਹੀਂ ਹੋਣੀ ਨੰਬਰ 2 ਇਹਦਾ ਲਾਈਫ ਸਾਈਕਲ ਜੀ ਸੁੰਡੀ ਦਾ ਲਾਈਫ ਸਾਈਕਲ ਆ ਸਾਨੂੰ ਇਹ ਦੇਖਣਾ ਪਊਗਾ ਕਿ ਕਿੰਨੇ ਦਿਨਾਂ ਬਾਅਦ ਉਹਦੇ ਜਿਹੜੇ ਆਂਡੇ ਦੇ ਵਿੱਚੋਂ ਦੁਬਾਰਾ ਬੱਚੇ ਨਿਕਲ ਸਕਦੇ ਆ ਉਹਨਾਂ ਦਿਨਾਂ ਤੇ ਸਾਨੂੰ ਸਪਰੇਅ ਦੁਬਾਰਾ ਰਿਪੀਟ ਕਰਨੀ ਪੈਣੀ ਹੈ ਜੀ ਉਹਨਾਂ ਸਪਰੇ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ ਜਿਹੜਾ ਜੇ ਮੱਕੀ ਨੂੰ ਤੁਸੀਂ ਸਪਰੇ ਕਰਨੀ ਹੈ ਤਾਂ ਸਵੇਰੇ 6 ਵਜੇ ਤੋਂ ਪਹਿਲਾਂ ਪਹਿਲਾਂ ਜਿੰਨੀ ਸਪਰੇ ਤੁਸੀਂ ਕਰ ਸਕਦੇ ਹੋ ਉਹਨੀ ਸਪਰੇ ਤੁਸੀਂ ਕਰ ਲਓ ਮੱਕੀ ਦੀ ਜਿਹੜੀ ਨਾਲੀ ਆ ਗੋਪ ਦੇ ਵਿੱਚ ਪਾਣੀ ਜਿਹੜਾ ਉਹ ਜਾਣਾ ਚਾਹੀਦਾ ਜਿੰਨਾ ਚਿਰ ਗੋਪ ਦੇ ਵਿੱਚ ਪਾਣੀ ਨਹੀਂ ਜਾਂਦਾ ਉਹਨਾਂ ਚਿਰ ਜਿਹੜੀਆਂ ਦਵਾਈਆਂ ਬਹੁਤ ਘੱਟ ਕੰਮ ਕਰਦੀਆਂ ਨੇ ਤੇ ਛੋਟਿਆਂ ਪੰਪਰ ਨਾਲ ਹਮੇਸ਼ਾ ਸਪਰੇ ਕਰਨੀ ਚਾਹੀਦੀ ਹੈ ਜੀ ਕਾਜ਼ ਕਰਕੇ ਜਿੰਨਾ ਚਿਰ ਤੁਸੀਂ ਛੋਟੇ ਪੰਪਾਂ ਦੇ ਨਾਲ ਕਰ ਸਕਦੇ ਉਹਨਾਂ ਚਿਰ ਜਰੂਰ ਕਰੋ ਨਹੀਂ ਨਹੀਂ ਤਾਂ ਤੁਹਾਨੂੰ ਵੱਡਿਆਂ ਪੰਪਾਂ ਨਾਲ ਜਿੰਨਾ ਹੀ ਕਰ ਆਪਾਂ ਸਪਰੇਅ ਕਰਦੇ ਆਂ ਰਿਜ਼ਲਟ ਨਹੀਂ ਮਿਲਣਾ ਜਦੋਂ ਛੋਟੇ ਪੰਪ ਦੇ ਨਾਲ ਆਪਾਂ ਸਪਰੇਅ ਕਰਦੇ ਆਂ ਤਾਂ ਲਗਭਗ ਲਗਭਗ 150 ਤੋਂ 200 ਲੀਟਰ ਪਾਣੀ ਆਪਰਾ ਪ੍ਰਤੀ ਏਕੜ ਜਿਹੜਾ ਉਹ ਲੱਗ ਜਾਂਦਾ ਤੇ ਬੈਟਰੀ ਵਾਲੇ ਪੰਪਾਂ ਨਾਲ ਆਰਾਮ ਦੇ ਨਾਲ 8 ਤੋਂ 12 ਮਿੰਟ ਵਿੱਚ ਇੱਕ ਟੈਂਕੀ ਲੱਗ ਜਾਂਦੀ ਹੈ ਤਾਂ 10 ਤੋਂ 12 ਟੈਂਕੀਆਂ ਆਪਾਂ ਕਿੱਲੇ ਦੀਆਂ ਲਾ ਦੰਨੇ ਆਂ ਜੀ ਹੁਣ ਜਦੋਂ ਛੋਟੇ ਪੰਪਾਂ ਦੇ ਨਾਲ ਅਸੀਂ ਸਪਰੇਅ ਕੀਤੀ ਹੈ ਤਾਂ ਇਹ ਤੁਸੀਂ ਦੇਖ ਲਓ ਕਿ ਜਿਹੜਾ ਪੱਤਿਆਂ ਦੇ ਉੱਪਰ ਦਵਾਈ ਹੈ ਉਹ ਬਿਲਕੁਲ ਟਿਕੀ ਹੋਈ ਹੈ ਤੇ ਜੇ ਆਪਾਂ ਵੱਡੇ ਪੰਪ ਦੇ ਨਾਲ ਸਪਰੇਅ ਕਰਦੇ ਤਾਂ ਉਹਦੀਆਂ ਬੂੰਦਾਂ ਬਹੁਤ ਜ਼ਿਆਦੀਆਂ ਬਰੀਕ ਹੋ ਜਾਂਦੀਆਂ ਜੀ ਜਦੋਂ ਬੂੰਦਾਂ ਬਹੁਤ ਜ਼ਿਆਦੀਆਂ ਬਰੀਕ ਹੋ ਜਾਂਦੀਆਂ ਤਾਂ ਉਹ ਬੂੰਦਾਂ ਜਿਹੜੀਆਂ ਪੱਤੇ ਦੇ ਉੱਪਰ ਟਿਕਦੀਆਂ ਨਹੀਂ ਤੇ ਹਵਾ ਦੇ ਵਿੱਚ ਜਿਹੜੀ ਖੁਸ਼ਕ ਹਵਾਵਾਂ ਇਸ ਸਮੇਂ ਤੇ ਚੱਲ ਰਹੀਆਂ ਤੇ ਉਹ ਜਿਹੜੇ ਦਵਾਈ ਹੈ ਜੀ ਉਹ ਉਸੇ ਵੇਲੇ ਡਰਾਈ ਹੋ ਜਾਂਦੀ ਹੈ ਪੱਤੇ ਦੇ ਤੋਂ ਦਵਾਈ ਸੁੱਕ ਜਾਂਦੀ ਹੈ ਜਿਹਦੇ ਕਰਕੇ ਸਾਡੀਆਂ ਜਿਹੜੀਆਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੀ ਇਨਸੈਕਟੀਸਾਈਡ ਯੂਜ਼ ਕਰਦੇ ਆ ਉਹ ਪੂਰੇ ਤਰੀਕੇ ਨਾਲ ਕੰਮ ਨਹੀਂ ਕਰਦਾ ਨੰਬਰ 2 ਹੁਣ ਮੱਕੀ ਦਾ ਜਿਹੜਾ ਪੱਤਾ ਹੈ ਜੀ ਇਹ ਤਿਲਕਣਾ ਹੁੰਦਾ ਇਸ ਤੇ ਮੋਸਟਲੀ ਦਵਾਈਆਂ ਜਿਹੜੀਆਂ ਉਹ ਬਹੁਤ ਘੱਟ ਮਾਤਰਾ ਚ ਟਿਕਦੀਆਂ ਦਵਾਈਆਂ ਇਸ ਤੋਂ ਥੱਲੇ ਡਿੱਗ ਪੈਂਦੀਆਂ ਨੇ ਹੁਣ ਇਸ ਕੰਮ ਤੋਂ ਬਚਾਉਣ ਲਈ ਤੁਸੀਂ ਸਟicker ਜਾਂ ਸਪਰੈਡਰ ਕੋਈ ਵੀ ਕਿਸੇ ਵੀ ਚੰਗੀ ਕੰਪਨੀ ਦਾ ਲੈ ਕੇ ਉਹਦੀ ਵਰਤੋਂ ਨਾਲ ਕਰਨੀ ਆ ਛੋਟੇ ਆ ਪੰਪਾਂ ਦੇ ਨਾਲ ਸਪਰੇਅ ਕਰਨੀ ਆ ਤੇ ਸਟicker ਦੀ ਵਰਤੋਂ ਕਰਨੀ ਆ ਤੇ ਸਪਰੇਅ ਕਰਨ ਦਾ ਸਮਾਂ ਜਿਹੜਾ ਸਭ ਤੋਂ ਵਧੀਆ ਸਮਾਂ ਸਵੇਰੇ 6 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਜੇ ਦੋ ਪੰਪਾ ਦਾ ਤੁਸੀਂ ਰਮਾਨਾ ਤਿੰਨ ਕਿੱਲੇ ਸਪਰੇਅ ਕਰ ਸਕਦੇ ਹੋ ਆਰਾਮ ਨਾਲ ਤਿੰਨ ਕਿੱਲੇ ਸਪਰੇਅ ਇੱਕ ਦਿਨ ਚ ਹੋ ਜਾਂਦੇ ਆ ਦੋਵਾਂ ਪੰਪਾਂ ਦੇ ਨਾਲ ਜੇ ਇੱਕ ਪੰਪਾ ਦਾ ਤੜਕੜ ਲਗਭਗ ਡੇਢ ਏਕੜ ਪ੍ਰਤੀ ਇੱਕ ਦਿਨ ਚ ਤੁਸੀਂ ਸਪਰੇਅ ਕਰ ਸਕਦੇ ਹੋ ਤੇ ਜੇ ਜ਼ਿਆਦਾ ਰਕਬਾ ਲਾਇਆ ਤਾਂ ਹੌਲੀ ਹੌਲੀ ਕਰਕੇ ਸਪਰੇਅ ਕਰ ਲਓ ਤੇ ਇਹਦੀ ਇਹਦੀ ਰਿਪੀਟ ਹੈ ਜਿਹੜੀ ਤੁਸੀਂ ਹਰ 8 ਦਿਨ ਬਾਅਦ ਦੁਬਾਰਾ ਰਿਪੀਟ ਕਰਨਾ ਹੀ ਕਰਨਾ ਹੈ ਸੁੰਢੀ ਵਾਲੀ ਸਪਰੇਅ ਨੂੰ ਖਾਸ ਕਰਕੇ ਦੋ ਵਾਰ ਜਦੋਂ ਸੁੰਢੀ ਆ ਗਈ ਤਾਂ ਇੱਕ ਵਾਰ ਸਪਰੇਅ ਕਰਤੀ ਤਾਂ ਉਤੋਂ 8 ਦਿਨਾਂ ਦੇ ਅੰਦਰ ਅੰਦਰ ਜੇ ਤੁਸੀਂ ਦੁਬਾਰਾ ਇੱਕ ਵਾਰ ਸਪਰੇਅ ਕਰ ਦੇਣੀ ਹੈ ਕਿਉਂਕਿ ਜੇ ਕੋਈ ਮੰਨ ਲਓ ਕਿ ਉਸ ਸਮੇਂ ਜੇ ਕੋਈ ਆਂਡਾ ਤੁਹਾਡੀ ਸਪਰੇਅ ਦੇ ਨਾਲ ਬਚ ਗਿਆ ਹੋਵੇ ਜਾਂ ਨਵੀਂ ਸੁੰਢੀ ਆਈ ਹੋਵੇ ਤਾਂ ਉਹ ਉਹਦਾ ਲਾਈਫ ਸਾਈਕਲ ਹੈ ਜਿਹੜਾ ਉਹ ਟੁੱਟ ਜਾਊਗਾ ਜੇ ਲਾਈਫ ਸਾਈਕਲ ਟੁੱਟ ਜਾਊਗਾ ਤਾਂ ਆਟੋਮੈਟਿਕਲੀ ਸੁੰਢੀ ਜਿਹੜੀ ਉਹ ਖਤਮ ਹੋ ਜਾਊਗੀ ਜੇ ਅਸੀਂ ਕਿਸੇ ਵੇਲੇ ਸਾਡੇ ਕੀ ਸਮੱਸਿਆ ਆ ਰਹੀ ਹੈ ਕਿ ਅੱਜ ਦੀ ਡੇਟ ਤੇ ਜਿਹੜੀਆਂ ਛੱਲੀਆਂ ਅਗਿਆ ਮਕੀਆਂ ਅਗੇਤੀਆਂ ਲਗੀਆਂ ਹੋਈਆਂ ਜੀ ਤਾਂ ਉਹ ਛੱਲੀ ਦੇ ਵਿੱਚ ਵੀ ਸੁੰਡੀ ਪਈ ਹੋਈ ਹੈ ਜੀ ਜਿਹੜੀ ਮੱਕੀ ਦੀ ਛੱਲੀ ਹੈ ਛੱਲੀ ਦੇ ਅੰਦਰ ਤੱਕ ਸੁੰਡੀ ਜਿਹੜੀ ਉਹ ਪਹੁੰਚੀ ਹੋਈ ਹੈ ਤੇ ਉਹਦਾ ਲਾਈਫ ਸਾਈਕਲ ਤੋੜਨ ਲਈ ਤੁਹਾਨੂੰ 2 ਤੋਂ 3 ਸਪਰੇਆ ਕਰਨੀਆਂ ਪੈ ਸਕਦੀਆਂ ਤੇ ਹੁਣ ਗੱਲ ਕਰਦੇ ਹਾਂ ਜੀ ਜੇ ਗਰੋਥ ਬਰੇ ਹਾਂ ਆਪਾਂ ਜੇ ਮੱਕੀ ਤੁਹਾਡੀ ਸ਼ੁਰੂਆਤੀ ਸਟੇਜ ਦੇ ਵਿੱਚ ਹੈ ਤਾਂ ਤੇ ਇਸ ਸਟੇਜ ਤੇ ਜਦ ਮੱਕੀ ਹੈਗੀ ਆ ਤਾਂ ਤੁਸੀਂ ਸੁੰਡੀ ਵਾਲੀ ਦਵਾਈ ਦੇ ਨਾਲ ਆ ਜਿੱਦਾਂ ਮੈਂ ਆਈਸੀਐਲ ਦੀ ਸਟਾਰਟਰ ਪਰਸਨਲ ਯੂਜ਼ ਕਰ ਰਿਆ ਆ ਆਈਸੀਐਲ ਕੰਪਨੀ ਦੀ ਮੈਂ ਸਟਾਰਟਰ ਵਰਤ ਰਿਆ ਨਾਲ ਨਾਲ ਤਾਂ ਆਉਦੇ ਸਾਨੂੰ ਰਿਜ਼ਲਟ ਕਿਤੇ ਬਹੁਤ ਵਧੀਆ ਮਿਲਣ ਦੇ ਅਸਾਰ ਨੇ ਕੁਝ ਦਿਨਾਂ ਤੱਕ ਮੈਂ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਜਿਹੜੀ ਸਾਂਝੀ ਕਰੂੰਗਾ ਜੇ ਤੁਸੀਂ ਕੋਈ ਜ਼ਿਆਦਾ ਖਰਚਾ ਨਹੀਂ ਕਰਨਾ ਚਾਹੁੰਦੇ ਤਾਂ ਇੱਕ ਟੈਂਕੀ ਚ 100 ਤੋਂ 150 ਗ੍ਰਾਮ ਯੂਰੀਆ ਪਾ ਕੇ ਤੇ ਉਹਦੀ अर्ਲੀ ਮਾਰਨਿੰਗ ਸਵੇਰੇ 6 ਵਜੇ ਤੋਂ ਪਹਿਲਾਂ ਪਹਿਲਾਂ ਸਪਰੇਅ ਕਰ ਸਕਦੇ ਹੋ ਜਾਂ ਸ਼ਾਮ ਨੂੰ ਸੂਰਜ ਢਲਣ ਤੋਂ ਬਾਅਦ ਤੁਸੀਂ ਮੱਕੀ ਦੇ ਉੱਪਰ ਸਪਰੇਅ ਕਰ ਸਕਦੇ ਹੋ 15 ਲੀਟਰ ਪਾਣੀ ਦੇ ਵਿੱਚ 100 ਤੋਂ 150 ਗ੍ਰਾਮ ਕੱਲੀ ਯੂਰੀਆ ਪਾ ਕੇ ਤੁਸੀਂ ਸਪਰੇਅ ਕਰੋ। ਕੁਝ ਹੱਦ ਤੱਕ ਤੁਹਾਡੀ ਵੈਜੀਟੇਟਿਵ ਗ੍ਰੋਥ ਉਹਦੇ ਨਾਲ ਵੀ ਬਣ ਜੂਗੀ। ਬਟ ਜੇ ਆਪਾਂ ਆਈਸੀਐਲ ਦੇ ਜਿਹੜਾ ਸਟਾਰਟਰ ਆਉਂਦਾ ਹੈ ਜਾਂ ਹੋਰ ਚੀਜ਼ਾਂ ਵਰਤਦੇ ਆ ਤਾਂ ਉਹਦੇ ਨਾਲ ਸਾਡਾ ਜਿਹੜਾ ਟਾਂਡਾ ਉਹਦੀ ਮਜ਼ਬੂਤੀ ਵੀ ਵੱਧਦੀ ਹੈ ਤਾਂ ਬਾਅਦ ਚ ਜਾ ਕੇ ਉਹ ਪੋਟੈਂਸ਼ੀਅਲ ਵੀ ਜਿਹੜੀ ਮਤਲਬ ਸਮਰੱਥਾ ਜਿਹੜੀ ਉਹ ਵੀ ਵਧੀਆ ਰਹਿੰਦੀ ਹੈ। ਤੇ ਯੂਰੀਆ ਦੇ ਨਾਲ ਤੁਸੀਂ ਆਈਪੀਐਲ ਕੰਪਨੀ ਦੀ 5ਜੀ ਵਰਤ ਸਕਦੇ ਹੋ। ਜੇ 5ਜੀ ਵਰਤਣੀ ਹੈ ਤਾਂ 5 ਗ੍ਰਾਮ ਯੂਰੀਆ ਲੈਣੀ ਹੈ 1 ਲੀਟਰ ਪਾਣੀ ਦੀ ਤੇ 5 ਐਮਐਲ ਹੀ 5ਜੀ ਦਵਾਈ ਲੈਣੀ ਹੈ ਜੀ 1 ਕਲੀ-ਕਲੀ ਖੇਲਦੇ ਪਰ ਇਸ ਤਰੀਕੇ ਦੇ ਨਾਲ ਸਪਰੇਅ ਕਰਤੋਂ 100% ਤੁਹਾਡੀ ਜਿਹੜੀ ਗਰੋਥ ਹੈ ਜੀ ਤੁਹਾਨੂੰ 3 ਦਿਨਾਂ ਚ ਗਰੋਥ ਮਿਲਣੀ ਚਾਲੂ ਹੋ ਜੂਗੀ ਲੋਡ ਪੈਣ ਮੁਤਾਬਕ ਤੁਸੀਂ ਦੋ ਸਪਰੇਅ ਇੱਥੇ ਕਰ ਸਕਦੇ ਹੋ ਬਾਕੀ ਜਾਣਕਾਰੀ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਜੇ ਤਾਂ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਤੋਂ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ